SSP ਦਿਹਾਤੀ ਜਲੰਧਰ ਦੀਆਂ ਸਖਤ ਹਦਾਇਤਾਂ ਅਨੁਸਾਰ ਅੱਜ ਸ਼ਾਮੀ ਨੂਰ ਮਹਿਲ ਦੇ ਥਾਣਾ ਮੁਖੀ ਵਰਿੰਦਰਪਾਲ ਸਿੰਘ ਉੱਪਲ ਵੱਲੋਂ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਬਿਨਾਂ ਨੰਬਰੀ ਅਤੇ ਅਧੂਰੇ ਕਾਗਜ਼ਾਂ ਵਾਲੇ ਅਤੇ ਬੁਲੇਟ ਦੇ ਪਟਾਕੇ ਚਲਾਉਣ ਵਾਲੇ ਨੌਜਵਾਨਾਂ ਦੇ ਵਾਹਨਾਂ ਦੇ ਚਲਾਨ ਕੱਟੇ ਗਏ। ਇਹ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਬਾਜ਼ਾਰਾਂ ਵਿੱਚ ਛੋਟੇ ਛੋਟੇ ਬੱਚੇ ਆਮ ਹੀ ਸਕੂਟਰ ਅਤੇ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਗੇੜੀਆਂ ਲਾਉਂਦੇ ਦੇਖੇ ਜਾਂਦੇ ਹਨ, ਜੋ ਕਿ ਸਰਾਸਰ ਮੋਟਰ ਵਹੀਕਲ ਕਾਨੂੰਨ ਦੀ ਉਲੰਘਣਾ ਹੈ। ਅਤੇ ਇਹ ਵੀ ਦੇਖਿਆ ਗਿਆ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਵੀ ਬਿਨਾਂ ਨੰਬਰੀ ਮੋਟਰਸਾਈਕਲ ਧੜੱਲੇ ਨਾਲ ਚਲਾਉਂਦੇ ਹਨ ਅਤੇ ਨਿਯਮਾਂ ਨੂੰ ਛਿੱਕੇ ਟੰਗਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ। ਮਾਮਲਾ ਉਸ ਟਾਈਮ ਹਾਸੋਹੀਣਾ ਹੋ ਗਿਆ ਜਦੋਂ ਇੱਕ ਚਿੱਟ ਕੱਪੜੀਏ ਸਮਾਜ ਸੇਵੀ ਦੀ ਵੀ ਕੋਈ ਬਾਹ ਪੇਸ਼ ਨਹੀਂ ਚੱਲੀ ਅਤੇ ਨਮੋਸ਼ੀ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਖਾਲੀ ਹੱਥ ਵਾਪਸੀ ਕਰ। ਕਿੰਨੇ ਚਲਾਨ ਕੱਟੇ ਹੁਣ ਤੱਕ? ਜੀ, ਅਸੀਂ 16 ਚਲਾਨ ਕੱਟੇ ਜੀ। ਅੱਜ SSP ਸਾਹਿਬ ਜੀ ਦੇ ਹੁਕਮ ਦੇ ਨਾਲ ਸਪੈਸ਼ਲ ਨਾਕਾਬੰਦੀ ਆਈ ਸੀਗੀ ਸ਼ਹਿਰ ਦੇ, ਜਿਹੜਾ ਆ ਸ਼ਿਫਟਿੰਗ ਨਾਕਾਬੰਦੀ ਕੀਤੀ ਸੀਗੀ ਅਤੇ ਨਾਕਾਬੰਦੀ ਦੌਰਾਨ ਜਿੰਨੇ ਵੀ ਜਿਹੜੇ 2 ਵਹੀਕਲ ਜਾਂ 3 ਵਹੀਕਲ 4 ਵਹੀਕਲ ਸੀਗੇ, ਉਹਨਾਂ ਦੇ ਵਿੱਚ ਜਿਹੜੇ ਬੰਦੇ ਵੀ ਜਿਨ੍ਹਾਂ ਦੇ ਕੋਲ ਲਾਇਸੈਂਸ ਜਾਂ ਹੈਲਮਟ ਨਹੀਂ ਪਾਇਆ ਸੀ ਜਾਂ ਜਿਹੜੇ ਸਾਲਾਂ ਦੇ ਸਾਲ ਵੱਡੇ ਸੀਗੇ ਜਿਨ੍ਹਾਂ ਦੇ, ਉਹਨਾਂ ਦੇ ਸਾਰੇ ਦੇ ਨਾਮ। ਠੀਕ ਆ, ਅਤੇ ਇਹਦੇ ਵਿੱਚ ਕੋਈ ਸਿਫਾਰਿਸ਼ਾਂ ਨਹੀਂ ਆਈਆਂ? ਬਿਲਕੁਲ ਕਿਸੇ ਦੀ ਸਿਫਾਰਿਸ਼ ਨਹੀਂ ਸੁਣੀ ਗਈ। ਠੀਕ ਹੈ ਜੀ, ਜੋ ਪ੍ਰੋਪਰ ਹਾਂਜੀ ਜੋ ਕਾਰਵਾਈ ਬਣਦੀ ਸੀ। ਠੀਕ ਆ, ਕਿਉਂਕਿ ਕਈ ਵਾਰ ਹੁੰਦਾ ਸਿਫਾਰਿਸ਼ਾਂ ਬਹੁਤ ਹੋਣੀਆਂ, ਕੋਈ ਸਿਫਾਰਿਸ਼ ਨਹੀਂ। ਜਿਹੜਾ ਬੰਦਾ ਗਲਤ ਕੰਮ ਕਰੇਗਾ ਉਹਨੂੰ ਬਣ ਵੀ ਸਕਦਾ, ਅਤੇ ਜਿਹੜੇ ਗਲਤ ਕੰਮ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਇਹੀ ਸੁਨੇਹਾ ਵੀ ਗਲਤ ਕੰਮਾਂ ਤੋਂ ਹਟ ਜਾਣ, ਨਹੀਂ ਤਾਂ ਸਖਤ ਤੋਂ ਸਖਤ ਕਾਰਵਾਈ ਉਹਨਾਂ ਦੇ। ਇੱਕ ਸਰ, ਜੇ ਨਾ ਸਵੇਰ ਦੇ ਟਾਈਮ ਆਪਾਂ ਕਿਤੇ ਸਿਵਲ ਹੋਸਪਿਟਲ ਜਾਈਏ ਤਾਂ ਉੱਥੇ ਮੋਟਰਸਾਈਕਲਾਂ ਦੇ ਅੱਧੇ ਨੰਬਰ ਹੈ ਨਹੀਂ ਕਿ ਕਿਸੇ ਦੇ ਪਿੱਛੇ ਪਲੇਟ ਹੈ ਨਹੀਂ, ਕਿਸੇ ਦੇ ਮੂਹਰੇ ਪਲੇਟ ਹੈ ਨਹੀਂ, ਕਿਉਂਕਿ ਉਹਨਾਂ ਦਾ ਕਾਰਨ ਕੀ ਆ ਕਿ ਉਹ ਜਦੋਂ ਨਾ ਤੁਸੀਂ ਉੱਥੋਂ ਗੋਲੀਆਂ ਖਾ ਕੇ ਬਾਅਦ ਵਿੱਚ ਜਾ ਕੇ ਵਾਰਦਾਤਾਂ ਕਰਦੇ ਆ, ਲੋਕਾਂ ਨੂੰ ਖਰਾਬ ਕਰਦੇ ਆ, ਉਹ ਜਿਹੜਾ ਉਹਦਾ ਜਿਹੜਾ ਨੁਕਸਾਨ ਆ ਉਹ ਫਿਰ ਮਹਿਕਮੇ ਨੂੰ ਭਰਨਾ ਪੈਂਦਾ। ਠੀਕ ਹੈ ਜੀ, ਥੈਂਕ ਯੂ।